Hello everyone, my name is Sahilpreet Singh. I have completed my senior secondary education from Amritsar. So after my study complete, I decided that I will go to further education abroad. The countries selected, my family helped me to go to UK because UK universities are all highly ranked universities and oldest universities. The study is very modern and universally accepted. UK ਦੇ ਬਾਰੇ ਰਿਸਰਚ ਕਰਦੇ ਕਰਦੇ ਮੈਂ ਯੂਨੀਵਰਸਿਟੀ 'ਚ ਰਿਸਰਚ ਕੀਤੀਆਂ ਅਤੇ ਉਸ ਦੇ ਵਿੱਚ ਮੈਨੂੰ ਕੁਐਂਟਰੀ ਯੂਨੀਵਰਸਿਟੀ ਸਭ ਤੋਂ ਬੈਸਟ ਲੱਗੀ ਬਿਕੋਜ਼ ਦੀ ਕੁਐਂਟਰੀ ਯੂਨੀਵਰਸਿਟੀ ਦੇ ਵਿੱਚ ਜੋ ਸਟੱਡੀ ਆ ਉਹ ਬਹੁਤ ਹੀ ਫੀਜ਼ੀਬਲ ਆ ਐਂਡ ਜੋ ਫੀਸ ਸਟਰਕਚਰ ਆ ਉਹ ਵੀ ਬਹੁਤ ਅਫੋਰਡੇਬਲ ਆ ਅਤੇ ਉਸ ਤੋਂ ਬਾਅਦ ਮੈਂ ਜਦੋਂ ਰਿਸਰਚ ਕਰਦਾ ਪਿਆ ਸੀਗਾ ਯੂਨੀਵਰਸਿਟੀਜ਼ ਬਾਰੇ ਅਤੇ ਮੇਰੇ ਫਰੈਂਡ ਨੇ ਰਿਕਮੈਂਡ ਕੀਤਾ ਵੀ ਤੂੰ ਇੱਕ ਵਾਰੀ IDP ਜ਼ਰੂਰ ਜਾ ਕੇ ਆ ਉਹਨਾਂ ਨਾਲ ਕੰਸਲਟ ਕਰ ਅਤੇ ਮੈਂ IDP ਅੰਮ੍ਰਿਤਸਰ ਦੇ ਵਿੱਚ ਵਿਜ਼ਿਟ ਕੀਤਾ ਕਾਉਂਸਲਰਸ ਨੇ ਮੈਨੂੰ ਬਹੁਤ ਵਧੀਆ ਗਾਈਡ ਕੀਤਾ ਅਤੇ ਮੈਂ ਕੁਐਂਟਰੀ ਯੂਨੀਵਰਸਿਟੀ ਦੇ ਵਿੱਚ ਅਪਲਾਈ ਕੀਤਾ ਅਤੇ ਮੇਰੀ ਔਫਰ ਲੈਟਰ ਵਿਦ ਇਨ 1 month ਮੈਂ ਰਿਸੀਵ ਕਰ ਲਈ ਅਤੇ ਉਸ ਤੋਂ ਬਾਅਦ ਜੋ ਮੇਰਾ ਪ੍ਰੋਸੈਸ ਸੀਗਾ ਬਹੁਤ ਸਮੂਥ ਸੀਗਾ ਐਂਡ ਟਰਾਂਸਪੇਰੈਂਟ ਸੀਗਾ ਅਤੇ ਜਦੋਂ ਮੈਂ IDP ਵਿਜ਼ਿਟ ਕੀਤਾ ਅਤੇ ਕਾਉਂਸਲਰਸ ਦੇ ਜਿਹੜਾ ਨੇਚਰ ਸੀਗਾ ਬਹੁਤ ਹੀਗਾ ਫਰੈਂਡਲੀ ਸੀ ਅਤੇ ਉਹਨਾਂ ਨੇ ਮੈਨੂੰ ਬਹੁਤ ਵਧੀਆ ਗਾਈਡ ਕੀਤਾ ਕੋਈ ਵੀ ਮੈਨੂਪੁਲੇਟਿਡ ਚੀਜ਼ ਨਹੀਂ ਮੈਨੂੰ ਦੱਸੀ ਬਿਲਕੁਲ ਫੈਕਟਸ ਦੱਸੇ ਕਿ ਤੁਸੀਂ ਉਹਨਾਂ ਨੇ ਮੈਨੂੰ ਕੋਰਸ ਚੂਜ਼ ਕਰਨ ਦੇ ਵਿੱਚ ਵੀ ਬਹੁਤ ਜ਼ਿਆਦਾ ਮਦਦ ਕੀਤੀ ਬਿਕੋਜ਼ ਦੀ ਨੌਲੇਜ ਆਫ ਦੀ ਕਾਉਂਸਲਰਸ ਆਰ ਵੈਰੀ ਗੁੱਡ ਹੇਅਰ ਐਂਡ ਦੇ ਰੀਅਲੀ ਹੈਲਪ ਮੀ ਟੂ ਚੂਜ਼ ਅ ਰਾਈਟ ਕੋਰਸ ਫੋਰ ਮੀ ਐਂਡ ਜਦੋਂ ਵੀ ਮੈਂ ਉਹਨਾਂ ਨੂੰ ਕੋਲ ਕਰਦਾ ਸੀਗਾ ਕਿਸੇ ਵੀ ਹੈਲਪ ਬਾਰੇ ਉਹ ਆਲਵੇਜ਼ ਆਨਸਰ ਕਰਦੇ ਸੀਗੇ ਅਤੇ ਬਹੁਤ ਹੀ ਫਰੈਂਡਲੀ ਨੇਚਰ ਦੇ ਵਿੱਚ ਉਹ ਮੈਨੂੰ ਐਡਵਾਈਸ ਕੀਤਾ ਉਹਨਾਂ ਨੇ ਹਰ ਸਟੈਪ ਦੇ ਵਿੱਚ ਫੋਰਚੂਨੇਟਲੀ ਮੈਂ ਆਪਣਾ ਵੀਜ਼ਾ ਰਿਸੀਵ ਕਰ ਲਿਆ ਅਤੇ ਮੈਂ ਸਾਰਿਆਂ ਨੂੰ ਇਹੀ ਰਿਕਮੈਂਡ ਕਰਾਂਗਾ ਕਿ ਪਲੀਜ਼ ਤੁਸੀਂ IDP ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਟੂ ਕੰਪਲੀਟ ਯੂਅਰ ਸਟੱਡੀ ਅਬਰੋਡ ਡ੍ਰੀਮ